ਪਾਤਸ਼ਾਹ ਆਪ ਜੀ ਦਾ ਊਟ ਆਸਰਾ ਲੈ ਕੇ ਸਿੰਧੂ ਬਾਰਡਰ ਤੇ ਦਿੱਲੀ ਦੌੜ ਕੇ ਜਾ ਰਹੇ ਹਨ। ਸੱਚੇ ਪਾਤਸ਼ਾਹ ਜੀ ਰਸਤੇ ਵਿੱਚ ਮੰਜ਼ਿਲਾਂ ਨੂੰ ਆਪ ਤੈਅ ਕਰਵਾਉਣਾ, ਸੱਚੇ ਪਾਤਸ਼ਾਹ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਮੰਜ਼ਿਲਾਂ ਤੈਅ ਕਰਵਾਉਣੀਆਂ। ਜਿੱਥੋਂ ਤੱਕ ਸਾਡੇ ਕੋਲ ਜਾਇਆ ਜਾਵੇਗਾ ਨਾ, ਅਸੀਂ ਭੈਣ ਦੇ ਨਾਲ ਪੈਦਲ ਚੱਲਾਂਗੀਆਂ, ਅਸੀਂ ਮਿਸਾਲ ਕਾਇਮ ਕਰਾਂਗੀਆਂ। ਇਹ ਸਾਡੀ ਭੈਣ ਇਕੱਲੀ ਨਹੀਂ, ਸਾਡੀ ਭੈਣ ਇਕੱਲੀ ਨਹੀਂ। ਤੇ ਮੰਮੀ ਤੇਰੀ ਕਿੱਥੇ ਜਾ ਰਹੀ ਆ? ਦਿੱਲੀ। ਕੀ ਕਾਹਦੇ ਵਾਸਤੇ? ਕਿਸਾਨਾਂ ਦੇ ਹੱਕਾਂ ਵਾਸਤੇ। ਤੇ ਤੂੰ ਵੀ ਜਾ ਰਿਹਾ ਨਾਲ? ਨਹੀਂ। ਹਾਂ, ਅਸੀਂ ਦਾਦੀ ਕੋਲ ਰਹਿਣਾ। ਦਾਦੀ ਕੋਲ ਰਹਿਣਾ ਆ? ਹਾਂਜੀ। ਠੀਕ ਆ। ਬੇਟਾ ਤੇਰਾ ਕੀ ਨਾਂ ਆ? ਅਮਨਜੋਤ ਸਿੰਘ। ਅਮਨਜੋਤ ਸਿੰਘ, ਜਾ ਰਿਹਾ ਮੰਮੀ ਦੇ ਨਾਲ? ਹਾਂਜੀ। ਨਹੀਂ ਆ। ਤੂੰ ਵੀ ਨਹੀਂ ਜਾ ਰਿਹਾ? ਅੱਛਾ, ਤੇ ਮੰਮੀ ਤੁਹਾਡੀ ਨੇ ਉੱਥੇ ਸੰਘਰਸ਼ ਜਾਣਾ ਹੈ, ਤੇ ਤੁਸੀਂ ਮਗਰੋਂ ਕੀ ਕਰੋਗੇ? ਆਪਾਂ ਦਾਦੀ ਕੋਲ ਰਵਾਂਗੇ। ਦਾਦੀ ਕੋਲ ਰਵਾਂਗੇ? ਹਾਂਜੀ। ਤੇ ਫਿਰ ਮੁੜ ਕੇ ਜਾਣਾ ਬਾਅਦ ਦੇ ਵਿੱਚ? ਹਾਂਜੀ, ਬਾਅਦ 'ਚ ਚਲ ਜਾਂਗੇ। ਅੱਛਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਦੌੜ ਕੇ ਜਾ ਰਹੇ ਹਾਂ, ਅਸੀਂ ਸਾਰਿਆਂ ਵਾਸਤੇ ਵਿੱਚ ਇਹੀ ਜਜ਼ਬਾ ਜਗਾਉਣਾ ਚਾਹੁੰਦੇ ਹਾਂ, ਬੀਬੀਆਂ ਭੈਣਾਂ ਵੀਰਾਂ ਵਿੱਚ ਵੀ ਤੁਸੀਂ ਵੀ ਇੱਦਾਂ ਜਜ਼ਬਾ ਰੱਖੋ ਵੀ ਆਪਾਂ ਮੋਦੀ ਨੂੰ ਕਿਸੇ ਤਰ੍ਹਾਂ ਹਰਾ ਕੇ ਹੀ ਸਾਹ ਲੈਣਾ, ਉਹਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਰਹਿਣਾ। ਹੌਸਲੇ ਵੀ ਬੁਲੰਦ ਹੈ ਜੀ, ਮੰਜ਼ਿਲ ਵੱਡੀ ਨਹੀਂ ਹੋ ਸਕਦੀ ਜਦੋਂ ਹੌਸਲਾ ਵੱਡਾ ਹੁੰਦਾ। ਬਾਕੀਆਂ ਨੂੰ ਮੈਸੇਜ ਇਹੀ ਦੇਣਾ ਚਾਹੁੰਦੀ ਹਾਂ ਵੀ ਜਿੱਦਾਂ ਮੈਂ ਜਾ ਰਹੀ ਹਾਂ, ਮੈਂ ਜਜ਼ਬਾ ਬਣਾਇਆ, ਇੱਦਾਂ ਸਾਰੀਆਂ ਬੀਬੀਆਂ ਭੈਣਾਂ ਨੂੰ ਮਿਲ ਕੇ ਚੱਲੋ, ਸਾਰੇ ਹੀ ਜਜ਼ਬਾ ਬਣਾਓ ਮੋਦੀ ਨੂੰ। ਆਪਾਂ ਇੱਕਦਮ ਦੱਸ ਦਈਏ ਵੀ ਅਸੀਂ ਇੱਕ ਜੁੱਟ ਹਾਂ, ਅਸੀਂ ਹਾਰਨ ਵਾਲੇ ਨਹੀਂ ਹਾਂ, ਤੈਨੂੰ ਹੀ ਹਾਰਨਾ ਪਵੇਗਾ। ਜੰਗ ਜਿੱਤਾਂਗੇ? ਹਾਂਜੀ, ਜ਼ਰੂਰ ਜਿੱਤਾਂਗੇ ਜੀ। ਕਿੰਨੇ ਦਿਨਾਂ ਦਾ ਤੁਹਾਡਾ ਰੱਖਿਆ ਤੁਸੀਂ, ਵੀ ਕਿੰਨੇ ਦਿਨਾਂ 'ਚ ਪਹੁੰਚੋਗੇ? ਦਿੱਤਾ 15 ਦਿਨ ਦਾ, ਬਸ ਪਹਿਲਾਂ ਤੋਂ ਪਹਿਲਾਂ ਪਹੁੰਚਾਂਗੇ ਜੀ। ਤੁਹਾਡੇ ਨਾਲ ਜਿਹੜੀ ਟੀਮ ਜਾ ਰਹੀ ਹੈ ਉਹਦੇ ਵਿੱਚ ਕਿੰਨੇ ਮੈਂਬਰ ਜਾ ਰਹੇ? 5-6 ਮੈਂਬਰ ਹੈ ਜੀ। ਸਾਰੇ ਬਾਰਡਰਾਂ 'ਤੇ ਜਾਵਾਂਗੇ ਜੀ। ਹਾਂਜੀ, ਉੱਥੇ ਵਾਪਸ ਆਓਗੇ? ਹਾਂਜੀ, ਵਾਪਸ ਆ ਕੇ ਆਪਣੇ ਵਰਗੀਆਂ ਹੋਰ ਭੈਣਾਂ ਨੂੰ ਵੀ ਤਿਆਰ ਕਰੋਗੇ ਵੀ ਉੱਥੇ ਜਾਓ? ਹਾਂਜੀ, ਜ਼ਰੂਰ ਕਰਾਂਗੇ ਜੀ। ਅਸੀਂ ਸਾਰੇ ਪੱਤਰਕਾਰ ਭਾਈਚਾਰੇ ਲੋਕਾਂ ਨੂੰ ਸਲਾਮ ਕਰਦੇ ਹਾਂ, ਤੁਹਾਡੇ ਜੱਜ ਨੂੰ ਸਲਾਮ ਕਰਦੇ ਹਾਂ ਕਿ ਤੁਹਾਡਾ ਬੜਾ ਹੌਸਲਾ ਹੈ। ਸਾਨੂੰ ਆਸ ਹੈ ਵੀ ਤੁਸੀਂ ਹੋਰ ਵੀ ਆਪਣੇ ਵਰਗੀਆਂ ਭੈਣਾਂ ਨੂੰ ਤਿਆਰ ਕਰੋਗੇ। ਪਿੰਡ ਅਲਾਵਲਵਾਲ ਤੋਂ ਬੀਬੀ ਮਨਜੀਤ ਕੌਰ, ਜੋ ਬੜੇ ਜਜ਼ਬੇ ਦੇ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ 500 ਕਿਲੋਮੀਟਰ ਦੀ ਜਿਹੜੀ ਦੌੜ ਆ ਉਹ ਦੌੜ ਕੇ ਅੱਜ ਸ਼ੁਰੂ ਕਰ ਰਹੇ ਨੇ, ਪਰ ਅੱਜ ਅਸੀਂ ਇਹੋ ਹੀ ਨੌਜਵਾਨਾਂ ਨੂੰ, ਭੈਣ ਭਰਾਵਾਂ ਨੂੰ, ਬੀਬੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹੋ ਜਿਹੇ ਜਜ਼ਬੇ ਦੇ ਨਾਲ ਸਾਨੂੰ ਲੋੜ ਨਹੀਂ ਗੀ ਗੱਡੀਆਂ ਦੀ, ਟਰੱਕਾਂ ਦੀ, ਕਾਰਾਂ ਦੀ, ਜੋ ਮਰਜ਼ੀ ਕੇਂਦਰ ਸਰਕਾਰ ਕਰ ਲਏ, ਪੈਟਰੋਲ ਮਹਿੰਗਾ ਕਰ ਲਏ, ਡੀਜ਼ਲ ਮਹਿੰਗਾ ਕਰ ਲਏ, ਜੇ ਸਾਡੇ ਅੰਦਰ ਜਜ਼ਬਾ ਆ ਤਾਂ ਉਸ ਜਜ਼ਬੇ ਨੂੰ ਜਿਹੜੀ ਆ ਉਹ ਕੇਂਦਰ ਸਰਕਾਰ ਜਿਹੜੀ ਆ ਉਹ ਕਿਸੇ ਵੀ ਹਾਲਾਤ ਦੇ ਵਿੱਚ ਜਿਹੜੀ ਠੱਲ ਨਹੀਂ ਪਾ ਸਕਦੀ। ਇਸੇ ਤਰ੍ਹਾਂ ਹਜ਼ਾਰਾਂ ਬੀਬੀਆਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੌੜ ਕੇ ਦਿੱਲੀ ਪਹੁੰਚਣਗੀਆਂ, ਨੌਜਵਾਨ ਪਹੁੰਚਣਗੇ। ਸੋ ਮੈਂ ਕੇਂਦਰ ਸਰਕਾਰ ਨੂੰ ਇਹੋ ਹੀ ਚੇਤਾਵਨੀ ਦੇਣਾ ਚਾਹੁੰਦਾ ਕਿ ਸਮਾਂ ਰਹਿੰਦਿਆਂ ਆਪਣੇ ਜਿਹੜੇ ਕਾਲੇ ਕਾਨੂੰਨ ਵਾਪਸ ਲੈ ਲਓ, ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡੇ ਵਾਸਤੇ ਕਾਫੀ ਭਾਰੀ ਹੋਣ ਵਾਲਾ। ਦੇਸ਼ ਦਾ ਰਾਜਾ, ਤੈਨੂੰ ਵੇਲਾ ਸੰਗਤਾਂ ਕੀ ਕਹਿਣ ਦੀਆਂ ਨੇ, ਅਸੀਂ 75-75 ਸਾਲ ਦੇ ਦੌੜ ਕੇ ਆਉਣ ਡਏ ਹਾਂ, ਸਾਨੂੰ ਕਾਰਾਂ ਦੀ ਲੋੜ ਨਹੀਂ ਹੁਣ ਪੈਣੀ, ਹੁਣ ਸਾਰੀ ਸੰਗਤ ਸਾਡੀ ਤੁਰ ਕੇ ਆਏਗੀ, ਕੋਈ ਸਾਡਾ ਖਰਚਾ ਨਹੀਂ। ਰਾਹ ਦੇ ਵਿੱਚ ਬਹੁਤ ਲੰਗਰ ਬਾਬੇ ਨਾਨਕ ਨੇ ਲਾਏ ਨੇ ਅਤੇ ਅਸੀਂ ਜਿੱਤ ਕੇ ਕਾਲੇ ਕਾਨੂੰਨ ਜਿਹੜੇ 3 ਕੱਢੇ ਨੇ, ਜਿਹੜੇ ਸਾਡੇ ਜੇਲ੍ਹਾਂ 'ਚ ਬੰਦ ਕੀਤੇ ਨੇ, ਜਿਨ੍ਹਾਂ 'ਤੇ ਪਰਚੇ ਕੱਟੇ ਨੇ, ਸਾਰੇ ਕਾਲੇ ਕਾਨੂੰਨ ਰੱਦ ਕਰਾ ਕੇ ਫਿਰ ਵਾਪਸ ਕਰਾਂਗੇ। ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, ਭਗਤ ਸਿੰਘ ਤੇਰੀ ਸੋਚ 'ਤੇ ਸਾਡਾ ਹੱਕ, ਸਾਡਾ ਹੱਕ ਇੱਥੇ ਰੱਖ, ਸਾਡਾ ਹੱਕ ਇੱਥੇ ਰੱਖ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ। ਦੇਖੋ ਜੀ, ਇਹ 3 ਕਾਲੇ ਕਾਨੂੰਨ ਬਣਾਏ ਮੋਦੀ ਸਰਕਾਰ ਨੇ ਅੱਜ ਤੋਂ 3 ਮਹੀਨੇ ਪਹਿਲਾਂ, ਅਤੇ ਉਹਦੇ ਵਿੱਚ ਪਹਿਲਾਂ ਇੱਥੇ ਪੰਜਾਬ ਲੈਵਲ 'ਤੇ ਧਰਨੇ ਲੱਗਦੇ ਰਹੇ ਆ, ਫਿਰ ਦਿੱਲੀ ਜਾ ਕੇ ਉਹਨਾਂ ਨੇ ਉੱਥੇ ਬਾਰਡਰ ਘੇਰੇ ਸੀਗੇ, ਤਾਂ ਪਰ ਉਹਨਾਂ ਦੇ ਸਿਰ 'ਤੇ ਹਜੇ ਤੱਕ ਜੂਨ ਹੀ ਸਿਰਕੀ 3-4 ਮਹੀਨੇ ਹੋ ਗਏ ਆ। ਹੁਣ ਕੀ ਹੋ ਗਿਆ, ਉੱਥੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ ਵਾ। ਦੇਖੋ, ਜਿੱਥੇ ਸਾਡੇ ਭਰਾ ਜਾ ਰਹੇ ਉੱਥੇ ਬੀਬੀਆਂ ਵੀ ਜਾ ਰਹੀਆਂ, ਬਜ਼ੁਰਗ ਵੀ ਜਾ ਰਹੇ ਆ, ਅਤੇ ਸਾਨੂੰ ਇਹ ਵੇਖਣਾ ਚਾਹੀਦਾ ਵੀ ਜਿਹੜਾ ਬੰਦਾ ਹਜੇ ਤੱਕ ਗੱਡੀ 'ਤੇ ਵੀ ਨਹੀਂ ਨਾ ਗਿਆ, ਇਹ ਵੇਖੋ ਦੌੜ ਕੇ ਗਏ, ਸਾਡੇ ਬਾਪੂ ਜੀ ਦੌੜ ਕੇ ਗਏ ਆ ਕੁਝ ਦਿਨ ਪਹਿਲਾਂ, ਇਹ ਹੁਣ ਬੀਬੀ ਚੱਲੇ ਸਾਡੇ ਭੈਣ ਦਿੱਲੀ ਦੌੜ ਕੇ, ਅਤੇ ਇਹਨਾਂ ਦੇ ਹੌਸਲੇ ਨੂੰ ਅਸੀਂ ਸਲਾਮ ਕਰਦੇ ਹਾਂ। ਜਿਹੜਾ ਸਾਡੇ ਪਿੰਡ ਦਾ ਨਾਂ ਰੋਸ਼ਨ ਹੋ ਰਿਹਾ, ਇਹਦੇ ਨਾਲ ਇਲਾਕੇ ਦਾ ਵੀ ਨਾਂ ਰੋਸ਼ਨ ਆ, ਅਤੇ ਸਾਰਿਆਂ ਨੂੰ ਬੇਨਤੀ ਇਹੋ ਹੀ ਆ ਵੀ ਦੌੜ ਕੇ ਨਹੀਂ ਜਾ ਸਕਦੇ, ਕਿਤੇ ਗੱਡੀ 'ਤੇ ਚਲ ਜਾਓ, ਮੋਟਰਸਾਈਕਲ ਜਾਓ, ਸਹੀ
दिल्ली पहुंचो जरूर।